ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਬ ਪਨਗੋਟਾ ਤੇ ਕੁਝ ਗੀਤ ਦੀਆਂ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਵਾਂ। ਜੇਕਰ ਤੁਹਾਨੂੰ ਚੰਗੀਆਂ ਲੱਗੀਆਂ ਤੇ ਤੁਸੀਂ ਅੱਗੇ ਸਾਂਝੀਆਂ ਜ਼ਰੂਰ ਕਰਿਓ। ਇਹ ਗੀਤ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਵਾਂ ਤੇ ਇਸਦੇ ਵਿੱਚ ਕੁਝ ਨਵੀਆਂ ਗੱਲਾਂ ਲਿਖੀਆਂ, ਇਹਨੂੰ ਅਖੀਰ ਤੱਕ ਜ਼ਰੂਰ ਸੁਣਿਓ। ਕੱਲੀ ਕੱਲੀ ਗੱਲ ਕੌੜੀ ਤੁੰਮੇ ਵਰਗੀ ਆ ਤੇ ਆ ਜਾ ਵੀ ਪਨਗੋਟੇ ਵਾਲਿਆ, ਇੱਕ ਵਾਰੀ ਪੂਰਾ ਸੁਣ ਲਿਓ ਸ਼ੇਰ, ਤੁਸੀਂ ਆਪਣੇ ਆਪ ਹੀ ਕਰ ਦੇਣਾ ਵਾ। ਓ ਬੇਈਮਾਨ ਬੰਦੇ ਨਾਨੀ ਯਾਰੀ ਪਾਈ ਦੀ ਤੇ ਲੱਤੋਂ ਲੰਘੇ ਬੰਦੇ ਦੀ ਨੀ ਸਾਂਗ ਲਾਈ ਦੀ। ਓ ਪੱਚਦਾ ਨੀ ਪੈਸਾ ਕਦੇ ਠੱਗੀ ਚੋਰੀ ਦਾ ਤੇ ਗੁਰੂ ਘਰੇ ਜਾ ਕੇ ਨੀ ਠਰਕ ਭੋਰੀ ਦਾ। ਓਏ ਕੰਨਿਆ ਨੀ ਵੈਲੀ ਲੜ ਲਾ ਕੇ ਰੋੜੀ ਦੀ ਤੇ ਕੱਲੀ ਪੈਲੀ ਵੇਖ ਕੇ ਨੀ ਧੀ ਤੋਰੀ ਦੀ। ਓਏ ਕੱਲੀ ਪੈਲੀ ਵੇਖ ਕੇ ਨੀ ਧੀ ਤੋਰੀ ਦੀ। ਓਏ ਪੁੱਤਰ ਦੀ ਝਾਕ ਵਿੱਚ ਧੀ ਨੀ ਮਾਰੀ ਦੀ ਤੇ ਪੱਗ ਨੂੰ ਵਟਾ ਕੇ ਰੱਖੋ ਲਾਜ ਯਾਰੀ ਦੀ। ਓਏ ਕਿਸੇ ਦੀ ਜੋ ਤੱਕੇ ਉਹਦੀ ਕਦੋਂ ਬਚੀਆ ਤੇ ਚੁਬੂਗੀ ਜਰੂਰ ਥੋੜੀ ਗੱਲ ਸੱਚੀਆ। ਓਏ ਚੁਬੂਗੀ ਜਰੂਰ ਥੋੜੀ ਗੱਲ ਸੱਚੀਆ ਤੇ ਸਾਬ ਬਣ ਗੋਟੇ ਸੋਹਣੀ ਝੂਠੀ ਖਾਈ ਦੀ। ਜੇ ਘਰੇ ਹੋਵੇ ਭੈਣ ਤੇ ਗੇੜੀ ਨੀ ਲਾਈ ਦੀ। ਓਏ ਜੇ ਘਰੇ ਹੋਵੇ ਭੈਣ ਤੇ ਗੇੜੀ ਨੀ ਲਾਈ ਦੀ। ਓਏ ਖਾਈਏ ਨਾ ਗਰਾਈ ਕਦੇ ਗੁਰੂ ਪੀਰ ਦੀ ਤੇ ਧੀ ਭੈਣ ਕਰੇ ਨਾ ਕੋਈ ਰੀਸ ਹੀਰ ਦੀ। ਓਏ ਖਾਂਦਾ ਜੋ ਰੁਪਈਏ ਯਾਰੋ ਮਾੜੇ ਧੰਦੇ ਦੇ ਤੇ ਲਾਂਤ ਹੈ ਮਿੱਤਰੋ ਐਹੋ ਜੇ ਬੰਦੇ ਤੇ ਐਸ਼ ਨੀ ਕਰੀ ਦੀ ਧੀ ਨੂੰ ਕੰਮ ਭੇਜ ਕੇ। ਓਏ ਰੋਟੀ ਕਦੇ ਖਾਈਏ ਨਾ ਜ਼ਮੀਰ ਵੇਚ ਕੇ, ਆ ਰੋਟੀ ਕਦੇ ਖਾਈਏ ਨਾ ਜ਼ਮੀਰ ਵੇਚ ਕੇ। ਓਏ ਕਮੈਂਟਰਾਂ ਬਗੈਰ ਨੀ ਕਬੱਡੀ ਜੱਚਦੀ ਤੇ ਚੁਗਲ ਬੰਦੇ ਨੂੰ ਗੱਲ ਕਿੱਥੋਂ ਪਚਦੀ। ਓਏ ਫੱਬੇ ਨਾ ਚੁਬਾਰਾ ਕਦੇ ਬਾਰੀ ਤੋਂ ਬਿਨਾ, ਆ ਗਾਉਣ ਵਾਲਾ ਕਾਹਦਾ ਏ ਲਖਾਰੀ ਤੋਂ ਬਿਨਾ। ਓਏ ਫੱਬੇ ਨਾ ਚੁਬਾਰਾ ਕਦੇ ਬਾਰੀ ਤੋਂ ਬਿਨਾ, ਆ ਗਾਉਣ ਵਾਲਾ ਕਾਹਦਾ ਏ ਲਖਾਰੀ ਤੋਂ ਬਿਨਾ। ਤੇ ਐਸ਼ ਲਈ ਨੀ ਫੀਸ ਦੇ ਬਹਾਨੇ ਮਾਰੀ ਦੇ। ਓਏ ਪੜ੍ਹ ਲਿਖ ਮਿੱਤਰੋ ਮਾਪੇ ਨੀ ਚਾਰੀ ਦੇ। ਓਏ ਪੜ੍ਹ ਲਿਖ ਮਿੱਤਰੋ ਮਾਪੇ ਨੀ ਚਾਰੀ ਦੇ। ਮੂੰਹ ਭਰ ਡਿੱਗਦੇ ਜੋ ਰੱਬ ਭੁੱਲਦੇ, ਆ ਚੋਰਾਂ ਦੇ ਵੀ ਇੱਕ ਦਿਨ ਭੇਤ ਖੁੱਲਦੇ। ਓਏ ਮੈਂ ਗਾਉਣ ਵਾਲਾ ਬਣਾ ਕਰੋ ਪੂਰਾ ਖਾਬ ਨੂੰ ਤੇ ਵਰਤ ਕੇ ਛੱਡਿਆ ਕਈਆਂ ਨੇ ਸਾਬ ਨੂੰ। ਓਏ ਵਰਤ ਕੇ ਛੱਡਿਆ ਕਈਆਂ ਨੇ ਸਾਬ ਨੂੰ। ਓਏ ਪੈਲਸਾਂ ਚ ਜਾ ਕੇ ਨਹੀਂ ਉਹ ਫੈਰ ਕੱਢੀ ਦੇ। ਓਏ ਹੋ ਜੇ ਜੇ ਚੜਾਈ ਨਹੀਂ ਉਹ ਪੈਰ ਛੱਡੀ ਦੇ। ਓਏ ਹੋ ਜੇ ਜੇ ਚੜਾਈ ਨਹੀਂ ਉਹ ਪੈਰ ਛੱਡੀ ਦੇ। ਸੋ ਜਿਉਂਦੇ ਵਸਦੇ ਰਹੋ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ। ਅੱਗੇ ਵੀ ਤੁਸੀਂ ਮੇਰੇ ਬੋਲਾਂ ਨੂੰ ਬਹੁਤ ਸ਼ੇਅਰ ਕਰਦੇ ਹੋ, ਮੈਂ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦੀ ਹਾਂ। ਗਾਉਣਾ ਤਾਂ ਨਹੀਂ ਆਉਂਦਾ ਪਰ ਤੁਹਾਡੇ ਨਾਲ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦੇ ਰਹੀਦਾ ਵਾ, ਕਿਉਂਕਿ ਮੇਰਾ ਹੁੰਦਾ ਵਾ ਕਿ ਮੈਂ ਹਰ ਬੋਲ ਤੁਹਾਡੇ ਤੱਕ ਪਹੁੰਚਾਵਾਂ। ਸੋ ਜਿਉਂਦੇ ਵਸਦੇ ਰਹੋ, ਇੱਕ ਹੋਰ ਛੋਟੀ ਜਿਹੀ ਅਪੀਲ ਮੈਂ ਸਾਰਿਆਂ ਨੂੰ ਕਰਦਾ ਹੁੰਦਾ ਵਾਂ ਕਿ ਸਾਰੇ ਕਿਸਾਨੀ ਧਰਨੇ ਤੇ ਜਾ ਕੇ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ, ਵੱਧ ਤੋਂ ਵੱਧ ਪਹੁੰਚਿਆ ਕਰੋ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।